ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨੇਕਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਦੇਸ਼ ਵਿਦੇਸ਼ ਵਿੱਚ ਸ਼ਰਧਾ ਨਾਲ ਮਨਾਇਆ 5ਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਨਸ਼ਿਆਂ ਖਿਲਾਫ਼ ਮੁੱਖ ਮੰਤਰੀ ਦਾ ਐਕਸ਼ਨ, ਐਸਟੀਐਫ ਮੁਖੀ ਨੂੰ ਦਿੱਤੇ ਸਖ਼ਤ ਨਿਰਦੇਸ਼। ਗੁਰਦਾਸਪੁਰ ਵਿੱਚ 6 ਸਾਲਾਂ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ। ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਅੱਗ ਨਾਲ ਕਰੋੜਾਂ ਦਾ ਨੁਕਸਾਨ। ਤੇ ਸੰਗਰੂਰ ਬੋਰਵੈਲ ਵਿੱਚ ਡਿੱਗਿਆ ਬੱਚਾ, ਅਜੇ ਤੱਕ ਨਹੀਂ ਕੱਢਿਆ ਜਾ ਸਕਿਆ ਬਾਹਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ 5ਵੀਂ ਜੀ ਦਾ ਸ਼ਹੀਦੀ ਪੁਰਬ ਪੂਰੇ ਪੰਜਾਬ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਭੋਗ ਦੇ ਉਪਰੰਤ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਕਈ ਥਾਵਾਂ 'ਤੇ ਲੰਗਰ ਵੀ ਛਕਾਏ ਗਏ। ਅਸੀਂ ਤਰਨ ਤਾਰਨ ਤੋਂ ਆਏ ਹਾਂ, ਇੱਥੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ। ਅੱਜ ਸ਼ਹੀਦੀ ਦਿਹਾੜਾ ਹੈ, ਉਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਛਬੀਲ ਲਾਉਣ ਵਾਸਤੇ ਆਏ ਬਾਬੇ ਭੂਰੀ ਵਾਲਿਆਂ ਦੇ ਸਹਿਯੋਗ ਨਾਲ। ਲੰਗਰ ਹਾਲ ਦੇ ਲਾ ਕੇ ਅਸੀਂ ਛਬੀਲ ਲਾਈ ਹੈ, ਅਸੀਂ ਉੱਥੇ ਆਏ ਹਾਂ ਜੀ। ਅੱਜ ਦਾ ਇਤਿਹਾਸ, ਗੁਰੂ ਅਰਜਨ ਦੇਵ ਜੀ ਅੱਜ ਦੇ ਦਿਨ 33 ਤਵੀ 'ਤੇ ਬੈਠੇ ਸੀਗੇ, ਉਹਨੂੰ ਜਹਾਂਗੀਰ ਪਾਤਸ਼ਾਹ ਨੇ ਨਾਲ ਬਿਠਾਇਆ ਸੀਗਾ 33 ਤਵੀ ਦੇ ਉੱਤੇ। ਉਹਨਾਂ ਨੂੰ ਠੰਡ ਪਰਤਾਉਣ ਵਾਸਤੇ ਜਗ੍ਹਾ ਜਗ੍ਹਾ ਛਬੀਲਾਂ ਲਾਈਆਂ ਜਾਣ ਡੀਆਂ ਤਾਂ ਕਿ ਅੱਜ ਦਾ ਦਿਨ ਠੰਡਾ ਰਹੇ। ਅੱਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ, ਜਿਨ੍ਹਾਂ ਨੇ ਤਪਦੀ ਧਰਤੀ ਨੂੰ ਠੰਡਿਆ ਕੀਤਾ ਸੀ, ਜਿਹਦਾ ਕਰਕੇ ਅੱਜ ਥਾਂ ਥਾਂ 'ਤੇ ਛਬੀਲਾਂ ਲਗਾਈਆਂ ਜਾਂਦੀਆਂ ਤਾਂ ਕਿ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਠੰਡ ਵਰਤਦੀ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ADGP ਨੂੰ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਵਿਰੁੱਧ ਖਾਸ ਤੌਰ 'ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਏ। ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਗੈਰ ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਨਾਲ ਕਰੜੇ ਹੱਥੀਂ ਨਿਪਟਣ ਲਈ ਪੰਜਾਬ ਪੁਲਿਸ ਦੇ ਮੁਖੀ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਇਸ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਗੁਰਦਾਸਪੁਰ ਵਿੱਚ 6 ਸਾਲਾਂ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਏ। ਸ਼ੂਗਰ ਮਿੱਲ ਪਨਿਆੜ ਦੇ ਚੇਅਰਮੈਨ 'ਤੇ ਕੁੱਟਮਾਰ ਦਾ ਇਲਜ਼ਾਮ ਲੱਗਿਆ ਏ। ਦੱਸਿਆ ਜਾ ਰਿਹਾ ਕਿ ਮਾਸੂਮ ਖੇਡਦੇ ਖੇਡਦੇ ਚੇਅਰਮੈਨ ਦੇ ਖੇਤਾਂ ਵਿੱਚ ਚਲਾ ਗਿਆ ਸੀ, ਜਿਸ ਤੋਂ ਭੜ ਕੇ ਚੇਅਰਮੈਨ ਨੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਬੱਚੇ ਨੂੰ ਬਚਾਉਣ ਆਈ ਉਸਦੀ ਮਾਂ ਨੂੰ ਵੀ ਥੱਪੜ ਮਾਰੇ ਗਏ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਏ। ਪਾਣੀ ਡਾਂਡਾ ਵੀ ਤਾਂ ਬੱਚਾ ਖੇਡਦਾ ਖੇਡਦਾ ਦੀ ਬਾਲ ਵਿੱਚ ਪੈ ਗਈ ਆ, ਨਾਲ ਖੇਤ ਆ ਮਹਿੰਦਰਪਾਲ ਕਾਉਂਟੇ ਦੇ। ਇਹ ਖੇਤ ਆ ਜੀ, ਇਹ ਜੰਤਰ ਦੀ ਫਸਲ ਆ ਜਿਹੜੀ ਕਿ ਕਿਸੇ ਕੰਮ ਦੀ ਨਹੀਂ ਹੁੰਦੀ, ਇਹ ਸਿਰਫ ਰੂੜੀ ਵਾਸਤੇ ਹੁੰਦੀ ਆ, ਇਹਦਾ ਕੋਈ ਫਸਲ ਨਹੀਂ ਹੈ। ਇਹ ਖੇਡਦਾ ਖੇਡਦਾ ਦੀ ਗੇਂਦ ਵਿੱਚ ਵੱਲ ਗਈ, ਇਹ ਗੇਂਦ ਲਿਆਉਣ ਗਿਆ, ਗੇਂਦ ਫੜਦਾ ਫੜਦਾ ਕੋਈ ਤਿਤਲੀ ਵੀ ਫੜਨ ਲੱਗ ਪਿਆ ਨਾਲ, ਅਤੇ ਉੱਧਰੋਂ ਜਕਦਮ ਅਤੇ ਮਹਿੰਦਰਪਾਲ ਕਾਉਂਟਾ ਜਿਹੜਾ ਕਿ ਸ਼ੂਗਰ ਮਿੱਲ ਦਾ ਚੇਅਰਮੈਨ ਵੀ ਆ, PS ਗਾਰਡਨ ਦਾ ਮਾਲਕ ਵੀ ਆ, ਅਤੇ ਅਕਾਲੀ ਦਲ ਬਾਦਲ ਦਾ ਵੀ ਹੈਗਾ ਉਹਨਾਂ ਦੇ ਨਾਲ ਸੰਪਰਕ, ਉਹ ਅਤੇ ਉਹ ਉੱਧਰੋਂ ਆ ਗਿਆ, ਉਹਨੇ ਆਣ ਕੇ ਇੱਥੋਂ ਛਮਕ ਫੜੀ ਹੈ ਛੋਟੀ, ਇਹਨੇ ਮੇਰੇ ਬੱਚੇ ਦੇ ਵਿੱਚ ਜਾ ਕੇ ਬਹੁਤ ਮਾਰਿਆ, ਕਹਿੰਦਾ ਤੂੰ ਮੇਰੀ ਫਸਲ ਤਬਾਹ ਕਰ ਦਿੱਤੀ ਆ। ਉੱਧਰੋਂ ਉਹਦੀ ਮਾਂ ਆ ਗਈ ਆ, ਉਹ ਆਈ ਆ, ਇਹਨੂੰ ਛਡਾਉਣ ਲੱਗੀ ਆ, ਇਹਨੇ ਉਹਦੀ ਮਾਂ ਦੇ ਵੀ 2-3 ਥੱਪੜ ਮਾਰਿਆ। ਇਹ ਨਾਲ ਹੀ ਮੇਰਾ ਘਰ ਆ, ਮੈਂ ਆਇਆ ਛੇਤੀ ਨਾਲ ਹੀ ਇੱਥੇ ਆਇਆ, ਉਹਨੇ ਇੱਥੇ ਆ ਕੇ ਗਾਲਾਂ ਕੱਢਣ ਲੱਗ ਪਿਆ, ਮੰਦੀਆਂ ਚੰਗੀਆਂ ਗੱਲਾਂ ਬੋਲਣ ਲੱਗ ਪਿਆ, ਅਤੇ ਮੈਂ ਚਾਹੁੰਦਾ ਵੀ ਇਨਸਾਫ ਮਿਲੇ। ਲੁਧਿਆਣਾ ਦੇ ਰਾਹੂ ਰੋਡ ਇਲਾਕੇ ਵਿੱਚ ਸਥਿਤ ਇੱਕ ਹੌਜ਼ਰੀ ਦੀ ਫੈਕਟਰੀ ਵਿੱਚ ਬੀਤੀ ਰਾਤ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਦੇ ਅੰਦਰ ਪਿਆ ਲੱਖਾਂ ਰੁਪਇਆਂ ਦਾ ਤਿਆਰ ਸਮਾਨ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਭਿਆਨਕ ਅੱਗ ਕਾਰਨ ਫੈਕਟਰੀ ਦੀ ਛੱਤ ਡਿੱਗ ਗਈ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਅੱਗ 'ਤੇ ਕਾਬੂ ਪਾਉਣ ਲਈ 150 ਟੈਂਕਰ ਪਾਣੀ ਦੇ ਵਰਤੇ ਜਾ ਚੁੱਕੇ ਹਨ ਅਤੇ ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਸਨ। ਇਹ ਸਾਨੂੰ ਕੋਈ 10:30 ਵਜੇ ਟੈਲੀਫੋਨ ਆਇਆ ਸੀਗਾ ਕਿ ਸਿਰਾ ਰੋਡ, ਸਿਰਾ ਪਿੰਡ ਰੋਡ, ਰਾਹੋਂ ਰੋਡ ਦੇ ਉੱਪਰ ਅੱਗ ਲੱਗੀ ਹੈ ਦੀਵਾਨ ਨਿਟਵੇਅਰ 'ਤੇ। ਅਸੀਂ ਐਟ ਏ ਟਾਈਮ 3 ਗੱਡੀਆਂ ਲੈ ਕੇ ਪਹੁੰਚੇ ਸੀ ਇੱਥੇ, ਉਹਦੇ ਬਾਅਦ ਇੱਥੇ ਆਣ ਕੇ ਦੇਖਿਆ ਤਾਂ ਅੱਗ ਜ਼ਿਆਦਾ ਸੀਗੀ ਅਤੇ ਹੋਰ ਗੱਡੀਆਂ ਵੀ ਬੁਲਾ ਲਈਆਂ। ਹੁਣ ਸਾਰੇ ਹੀ ਸਟੇਸ਼ਨ ਇੱਥੇ ਆਏ ਹੋਏ ਨੇ, ਸਾਰਾ ਸਟਾਫ ਸੱਦਿਆ ਅਤੇ ਅੱਗ 'ਤੇ ਕਾਬੂ ਪਾ ਰਹੇ ਹਾਂ। ਪਹਿਲੇ ਤਾਂ ਅੱਗ 'ਤੇ
ਬੁਝਾ ਰਹੇ ਸੀਗੇ ਤਾਂ ਬਿਲਡਿੰਗ ਪਰਲੇ ਪਾਸੇ ਜਿਹੜੀ ਹੈਗੀ ਹੈ ਬੈਕ ਸਾਈਡ ਦੇ ਉੱਪਰ ਉੱਥੋਂ ਡਿੱਗ ਗਈ ਥੋੜ੍ਹੀ ਜਿਹੀ, ਇਸ ਕਰਕੇ ਕੰਮ ਥੋੜ੍ਹਾ ਜਿਹਾ ਰੋਕ ਕੇ ਅਤੇ ਦੇਖ ਕੇ ਅਤੇ ਫਿਰ ਹੁਣ ਦੁਬਾਰਾ ਫਿਰ ਚਾਲੂ ਕੀਤਾ ਕਿ ਹੁਣ ਬਿਲਡਿੰਗ ਹੋਰ ਤਾਂ ਨਹੀਂ ਡਿੱਗਦੀ, ਕੰਮ ਹੁਣ ਚਾਲੂ ਕੀਤਾ ਅਤੇ ਕੋਸ਼ਿਸ਼ ਕਰਦੇ ਪਏ ਹਾਂ ਕਿ ਅੱਗ ਬੁੱਝ ਜਾਏ। ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੀਆਂ ਕੱਚੀਆਂ ਫੜੀਆਂ ਵਾਲੀਆਂ ਦੁਕਾਨਾਂ ਵਾਲੀ ਮਾਰਕੀਟ ਨੂੰ ਅੱਜ ਸਵੇਰੇ ਤਕਰੀਬਨ 3 ਵਜੇ ਅੱਗ ਲੱਗ ਗਈ ਅਤੇ ਦੇਖਦੇ ਹੀ ਕੁਝ ਹੀ ਮਿੰਟਾਂ ਵਿੱਚ ਅੱਗ ਨੇ 50 ਤੋਂ 70 ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਰੋੜਾਂ ਦਾ ਮਾਲ ਦੁਕਾਨਾਂ ਵਿੱਚ ਸੜ ਕੇ ਸੁਆਹ ਹੋ ਗਿਆ ਹੈ। ਸੰਗਰੂਰ ਦੇ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਬੀਤੇ ਕੱਲ੍ਹ ਬੋਰਵੈਲ ਵਿੱਚ ਡਿੱਗੇ 2 ਵਰ੍ਹਿਆਂ ਦੇ ਬੱਚੇ ਨੂੰ ਅਜੇ ਤੱਕ ਕੱਢਿਆ ਨਹੀਂ ਜਾ ਸਕਿਆ। ਫਤਿਹਵੀਰ ਸਿੰਘ ਨੂੰ ਪਾਰ ਕੱਢਣ ਲਈ ਸਥਾਨਕ ਪ੍ਰਸ਼ਾਸਨ ਅਤੇ NDRF ਦੀ 26 ਮੈਂਬਰੀ ਟੀਮ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਹੁਣ ਬਚਾਅ ਕਾਰਜਾਂ ਨੂੰ ਭਾਰਤੀ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਏ। ਸਵੇਰੇ 5 ਵਜੇ ਲਾਈਵ ਕੈਮਰੇ ਰਾਹੀਂ ਫਤਿਹਵੀਰ ਦੀ ਹਿਲਜੁਲ ਨੋਟ ਕੀਤੀ ਗਈ। ਜਿਉਂ ਜਿਉਂ ਸਮਾਂ ਬੀਤ ਰਿਹਾ ਏ ਬੱਚੇ ਦੇ ਮਾਪਿਆਂ ਦੀ ਜਾਨ ਮੁੱਠੀ ਵਿੱਚ ਆ ਰਹੀ ਏ। ਉੱਥੇ ਹੀ ਅਜੇ ਤੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਦੇ ਘਟਨਾ ਸਥਾਨ ਤੇ ਨਾ ਪੁੱਜਣ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਵਿਭਾਗ ਦਾ ਕਾਰਜਭਾਰ ਸੌਂਪ ਦਿੱਤਾ ਏ, ਪਰ ਉਹਨਾਂ ਹਾਲੇ ਤੱਕ ਇਸ ਮੰਤਰਾਲੇ ਦਾ ਕਾਰਜਭਾਰ ਨਹੀਂ ਸੰਭਾਲਿਆ। ਸਿੱਧੂ ਦੇ ਅਧਿਕਾਰਿਤ ਤੌਰ ਤੇ ਬਿਜਲੀ ਮੰਤਰੀ ਬਣਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਉਹਨਾਂ ਸਾਹਮਣੇ ਮੰਗਾਂ ਰੱਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਆਪ ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਹੁਣ ਉਹ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਬਿਜਲੀ ਖਰੀਦ ਸਮਝੌਤਿਆਂ ਨੂੰ ਤੁਰੰਤ ਰੱਦ ਕਰਨ। ਅਰੋੜਾ ਨੇ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਬਤੌਰ ਮੰਤਰੀ ਭ੍ਰਿਸ਼ਟਾਚਾਰ ਖਿਲਾਫ਼ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ। ਪੰਜਾਬ ਦੇ ਫਰੀਦਕੋਟ ਵਿੱਚ ਪਿਛਲੇ ਦਿਨੀ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵੱਲੋਂ ਫਰੀਦਕੋਟ DC ਦਫ਼ਤਰ ਬਾਹਰ ਦਿੱਤਾ ਜਾ ਰਿਹਾ ਧਰਨਾ ਸਮਾਪਤ ਕਰ ਦਿੱਤਾ ਏ। ਮਿਲੀ ਜਾਣਕਾਰੀ ਮੁਤਾਬਕ ਜਸਪਾਲ ਮੌਤ ਮਾਮਲੇ ਵਿੱਚ ਮੁੱਖ ਦੋਸ਼ੀ ਰਣਦੀਪ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋ ਗਈ ਏ ਅਤੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ DC ਦਫ਼ਤਰ ਬਾਹਰ ਦਿੱਤਾ ਧਰਨਾ ਸਮਾਪਤ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਪੀੜਿਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ 5 ਲੱਖ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਜਸਪਾਲ ਸਿੰਘ ਦੀ ਜਿਹੜੀ ਕਸਟੋਡੀਅਲ ਡੈਥ ਹੋ ਗਈ CCI ਫਰੀਦਕੋਟ ਦੇ ਵਿੱਚ, ਉਸ ਸੰਬੰਧ ਵਿੱਚ ਉਹਨਾਂ ਦੀ ਫੈਮਿਲੀ ਵੱਲੋਂ 15-20 ਦਿਨ ਤੋਂ SSP ਆਫਿਸ ਦੇ ਬਾਹਰ ਜਿਹੜਾ ਧਰਨਾ ਲਗਾਇਆ ਹੋਇਆ ਸੀ, ਉਹ ਫੈਮਿਲੀ ਨੇ ਪੀਸਫੁਲ ਤਰੀਕੇ ਦੇ ਨਾਲ ਧਰਨਾ ਸਮਾਪਤ ਕੀਤਾ। ਉਹ ਧਰਨਾ ਪ੍ਰਸ਼ਾਸਨ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਹੈ। ਇੱਕ ਤਾਂ ਇਸ ਸੰਬੰਧ ਵਿੱਚ ਜਿਹੜੀ ਸਿੱਟ ਬਣੀ ਸੀਗੀ, ਜਿੱਦਾਂ ਮੈਂ ਇੰਚਾਰਜ ਸੀਗਾ IG ਫਿਰੋਜ਼ਪੁਰ, ਮੇਰੇ ਨਾਲ SSP ਫਰੀਦਕੋਟ ਰਾਜਬਚਨ ਸਿੰਘ, SSP ਮੁਕਤਸਰ ਮਨਜੀਤ ਟੇਸੀ ਜੀ, ਨਾਲ SP ਹੈੱਡਕੁਆਟਰ ਫਰੀਦਕੋਟ ਭੁਪਿੰਦਰ ਸਿੰਘ, ਅਸੀਂ ਸਾਰੇ ਪਹਿਲੂਆਂ 'ਤੇ ਤਫਤੀਸ਼ ਕਰਕੇ ਜਿੰਨੇ ਮੁਲਜ਼ਮ ਇਹਦੇ 'ਚ ਇਨਵੋਲਵ ਸੀਗੇ ਉਹ ਸਾਰੇ ਅਰੈਸਟ ਕਰ ਲਿਆ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਰਣਵੀਰ ਸਿੰਘ ਜਿਹੜਾ ਲਾਸਟ ਅਕਿਊਜ਼ ਵਾਂਟਿਡ ਸੀਗਾ, ਉਹ ਵੀ ਅੱਜ ਪੁਲਿਸ ਨੇ ਉਹਦੀ ਗ੍ਰਿਫਤਾਰੀ ਪਾ ਲਈ ਹੈ ਔਰ ਉਸ ਅਸੀਂ ਪੁਲਿਸ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਜਿਹੜੀ ਕਰਾਂਗੇ। ਸੋ ਪਰਿਵਾਰ ਨੂੰ ਫਸਟ ਅਸ਼ੋਰੈਂਸ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਫਰੀ ਐਂਡ ਫੇਅਰ ਮੈਨਰ ਦੇ ਨਾਲ ਜਿਹੜੀ ਹੈ ਉਹ ਚੱਲ ਰਹੀ ਹੈ। ਮੁਲਜ਼ਮ ਅਰੈਸਟ ਹੋ ਚੁੱਕੇ ਨੇ, ਉਹਨਾਂ ਦਾ ਅਸੀਂ ਸ਼ੀਘਰ ਹੀ ਚਲਾਨ ਬਣਾ ਕੇ ਅਦਾਲਤ ਵਿੱਚ ਦੇਵਾਂਗੇ ਤਾਂ ਕਿ ਟ੍ਰਾਇਲ ਸਟਾਰਟ ਹੋ ਸਕੇ। ਸੈਕੰਡਲੀ, ਡੈੱਡ ਬੋਡੀ ਰਾਜਸਥਾਨ ਫਿਟਰ ਦੇ ਵਿੱਚ ਇੱਥੇ ਸੁੱਟੀ ਸੀ, ਉਸ ਅਸੀਂ ਬਹੁਤ ਐਫਰਟਸ ਕੀਤੇ ਹੈ। ਸੋ ਫਾਰ ਇਹ ਡੈੱਡ ਬੋਡੀ ਨਹੀਂ ਲੋਕੇਟ ਹੋਈ, ਕਈ ਸਾਰੇ ਡੈੱਡ ਬੋਡੀਆਂ ਮਿਲੀਆਂ, ਅਸੀਂ ਪਰਿਵਾਰ ਨੂੰ ਲਿਜਾ ਕੇ ਦਿਖਾਇਆ ਗਿਆ ਲੇਕਿਨ ਪਰਿਵਾਰ ਨੇ ਉਹ ਡੈੱਡ ਬੋਡੀਆਂ ਆਈਡੈਂਟੀਫਾਈ ਨਹੀਂ ਕੀਤੀਆਂ। ਕੁਛ ਡੈੱਡ ਬੋਡੀਜ਼ ਦੇ ਅਸੀਂ DNA ਸੈਂਪਲਸ ਵੀ ਲਏ ਨੇ ਸੋ ਦੈਟ ਫੈਮਿਲੀ ਨਾਲ ਮੈਚ ਕਰਾ ਕੇ, ਕਿਉਂਕਿ ਡੈੱਡ ਬੋਡੀ 10-20 ਦਿਨ ਦੇ ਬਾਅਦ ਇਸ ਤਰ੍ਹਾਂ ਫੁੱਲ ਜਾਂਦੀ ਹੈ ਅਤੇ ਉਹ ਕਈ ਵਾਰੀ ਪਹਿਚਾਣੀ ਨਹੀਂ ਜਾਂਦੀ। ਤੀਸਰਾ ਪਹਿਲੂ ਇਹ ਹੈ ਕਿ ਇਸ ਫੈਮਿਲੀ ਨੂੰ ਜਿਹੜੀ ਹੈ ਕਿ ਉਹ 5 ਲੱਖ ਰੁਪਏ ਦੀ ਕੰਪਨਸੇਸ਼ਨ, ਕਿਉਂਕਿ ਮਾਲੀ ਹਾਲਤ ਪਰਿਵਾਰ ਦੀ ਠੀਕ ਨਹੀਂ ਸੀ, ਉਹਨਾਂ ਨੇ ਰਿਕੁਐਸਟ ਕੀਤੀ DC ਸਾਹਿਬ ਨੂੰ, ਪ੍ਰਸ਼ਾਸਨ ਨੂੰ, ਅਤੇ ਉਹਦੇ ਵਿੱਚ DC ਸਾਹਿਬ ਨੇ 5 ਲੱਖ ਦੀ ਕੰਪਨਸੇਸ਼ਨ ਜਿਹੜੀ ਹੈ ਇਸ ਫੈਮਿਲੀ ਨੂੰ ਦਿੱਤੀ ਹੈ। ਤੋ ਪਰਿਵਾਰ ਨੂੰ ਅਸੀਂ ਆਸ਼ਵਾਸਨ ਦਵਾਇਆ ਕਿ ਇਨ ਫਿਊਚਰ ਵੀ ਅਸੀਂ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਫਰਦਰ ਜਾਰੀ ਰੱਖਾਂਗੇ। ਗੁਰਦਾਸਪੁਰ ਦੇ ਨਜ਼ਦੀਕੀ ਪੈਂਦੇ ਪਿੰਡ ਜਾਪੂਵਾਲ ਵਿਖੇ ਇੱਕ ਤੇਜ਼ ਰਫ਼ਤਾਰ ਹਾਂਡਾ MH ਕਾਰ ਨੇ ਸਕੂਟਰੀ ਅਤੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਪੁੱਤਰ ਕਰਮਚੰਦ ਵਾਸੀ ਕੋਟ ਸੰਤੋਖ ਰਾਏ ਆਪਣੇ ਪੁੱਤਰ ਰਾਹੁਲ ਅਤੇ ਪਤਨੀ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਕੋਟ ਸੰਤੋਖ ਰਾਏ ਤੋਂ ਗੁਰਦਾਸਪੁਰ ਆ ਰਹੇ ਸਨ ਕਿ ਪਿੰਡ ਜਾਪੂਵਾਲ ਵਿਖੇ ਤੇਜ਼ ਰਫ਼ਤਾਰ ਹਾਂਡਾ MH ਕਾਰ
ਸਵਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਸਵਾਰ ਕਾਫੀ ਅੱਗੇ ਜਾ ਡਿੱਗੀ, ਜਿਸ ਵਿੱਚ ਅਸ਼ਵਨੀ, ਉਸਦਾ ਲੜਕਾ ਰਾਹੁਲ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਉਸਦੀ ਪਤਨੀ ਮਨਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਹੀ ਕਾਰ ਸਵਾਰ ਨੇ ਦੂਜੇ ਮੋਟਰਸਾਈਕਲ ਸਵਾਰ ਰਵੀ ਪੁੱਤਰ ਗੁਰਾ ਰਾਮ ਵਾਸੀ ਪੋਪਰ ਬਲੱਗਰਾ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਵੀ ਜ਼ਖਮੀ ਹੋ ਗਿਆ। ਥਾਣਾ ਧਾਰੀਵਾਲ ਦੀ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਏ। ਪਠਾਨਕੋਟ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਇੱਕ ਟਰੱਕ ਵਿੱਚੋਂ 504 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਜਦੋਂ ਇਸ ਬਾਰੇ ਪੁਲਿਸ ਨੇ ਟਰੱਕ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ, ਜਿਸ ਤੋਂ ਬਾਅਦ ਚਾਲਕ ਤੇ ਉਸਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਏ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਮਨੋਜ ਕੁਮਾਰ ਵਾਸੀ ਬਿਲਾਸਪੁਰ ਤੇ ਉਸਦੇ ਸਾਥੀ ਪੰਕਜ ਕੁਮਾਰ ਵਜੋਂ ਹੋਈ ਏ। ਸਾਡੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਚੱਕੀ ਪੁੱਤਰ ਨਕਲ ਲਗਾਇਆ ਹੋਇਆ ਸੀਗਾ। ਉਹਨਾਂ ਨੂੰ ਤਲਾਹ ਮਿਲੀ ਕਿ ਇੱਕ ਟਰੱਕ HP 24B 1502 ਜਿਹੜਾ ਚੰਡੀਗੜ੍ਹ ਤੋਂ ਜਿਹਦੇ ਵਿੱਚ ਸ਼ਰਾਬ ਨਜਾਇਜ਼ ਲੱਦੀ ਹੋਈ ਹੈ ਤੋਂ ਪਠਾਨਕੋਟ ਸ਼ਹਿਰ ਨੂੰ ਆ ਰਿਹਾ। ਜੇ ਤੁਸੀਂ ਇਹਨੂੰ ਚੈੱਕ ਕਰੋ ਤਾਂ ਸ਼ਰਾਬ ਨਜਾਇਜ਼ ਸਮੇਤ ਦੋਨੇ ਟਰੱਕ ਸਮੇਤ ਬੰਦੇ ਕਾਬੂ ਆ ਸਕਦੇ ਆ। ਹਰਜਿੰਦਰ ਸਿੰਘ ਹੋਣਾ ਨੇ ਆਪਣੀ ਪੁਲਿਸ ਪਾਰਟੀ ਨੂੰ ਹੁਸ਼ਿਆਰ ਕਰਕੇ ਇਹ ਟਰੱਕਾਂ ਚੈਕਿੰਗ ਦੌਰਾਨ ਇਹਨੂੰ ਕਾਬੂ ਕੀਤਾ ਅਤੇ ਕਾਬੂ ਕਰਕੇ ਜਦੋਂ ਦੋਨਾਂ ਦਾ ਨਾਮ ਪਤਾ ਕੀਤਾ ਤਾਂ ਇੱਕ ਦਾ ਨਾਮ ਮਨੋਜ ਕੁਮਾਰ ਜੋ ਟਰੱਕ ਨੂੰ ਚਲਾ ਲਿਆ ਸੀਗਾ ਇਹ ਹਿਮਾਚਲ ਦਾ ਰਹਿਣ ਵਾਲਾ, ਔਰ ਦੂਸਰਾ ਇਹ ਜੋ ਇਹਦਾ ਸਾਥੀ ਹੈ ਪੰਕਜ ਕੁਮਾਰ ਇਹ ਟਰੱਕ ਮਾਲਕ ਵੀ ਸੀਗਾ। ਅਤੇ ਇਹ ਦੋਨਾਂ ਨੂੰ ਜਦੋਂ ਨਾਲ ਲੈ ਕੇ ਟਰੱਕ ਦੀ ਸਰਚ ਕੀਤੀ ਤਾਂ ਇਹਦੇ ਵਿੱਚੋਂ ਓਲਡ ਫੋਕਸ 333X ਰਮ ਅਤੇ ਦੂਸਰੀ ਐਵਰੇਜ ਜਿਹੜੀ ਵਿਸਕੀ ਸ਼ਰਾਬ ਜਿਹੜੀ ਆ ਉਹ ਕਰੀਬ 504 ਪੇਟੀਆਂ ਸ਼ਰਾਬ ਜਿਹੜੀ ਬਰਾਮਦ ਹੋਈ। ਇਹ ਚੰਡੀਗੜ੍ਹ ਦਾ ਬ੍ਰਾਂਡ ਆ, ਫਾਰਿਨ ਸੇਲ ਚੰਡੀਗੜ੍ਹ, ਅਤੇ ਇਹ ਲਗਭਗ 504 ਪੇਟੀਆਂ ਜਿਹੜੀ ਸ਼ਰਾਬ ਆ ਇਹ ਬਰਾਮਦ ਹੋਈ। ਇਹਨਾਂ ਨੂੰ ਜੋ ਹੁਣ ਤੱਕ ਇੰਟਰੋਲ ਕੀਤਾ ਉਹਦੇ ਵਿੱਚ ਤਾਂ ਹਾਲੇ ਤੱਕ ਇਹਨਾਂ ਕੋਈ ਮਾਮਲਾ ਮੰਨਿਆ ਨਹੀਂ ਜਾਂ ਪੰਜਾਬ ਜਾਂ ਹਿਮਾਚਲ ਜਾਂ ਕਿਸੇ ਹੋਰ ਰਾਜ ਦਾ, ਪਰ ਤਫਤੀਸ਼ ਜਾਰੀ ਆ, ਅੱਗੋਂ ਵੇਖੋ ਕੀ ਨਿਕਲਦਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਿੱਧੂ ਦੇ ਆਉਣ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਬਲ ਮਿਲਿਆ ਸੀ ਅਤੇ ਇਸ ਵਿਭਾਗ ਦੀ ਕਾਰਗੁਜ਼ਾਰੀ ਵੀ ਚੰਗੀ ਸੀ। ਬੈਂਸ ਨੇ ਕਿਹਾ ਕਿ ਸਿੱਧੂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਏ। ਬੈਂਸ ਨੇ ਕਿਹਾ ਕਿ ਪੰਜਾਬ ਦੀ ਜਨਤਾ ਸੱਚ ਅਤੇ ਝੂਠ ਵਿਚ ਫਰਕ ਜਾਣਦੀ ਏ ਅਤੇ ਸਿੱਧੂ ਵੀ ਸੱਚ ਬੋਲਣ ਵਾਲਾ ਆਗੂ ਏ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਏ। ਬੈਂਸ ਨੇ ਕਿਹਾ ਕਿ ਉਹ 2022 ਵਿਚ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਗੇ ਅਤੇ ਲੋਕਾਂ ਵਿਚ ਜਾਣਗੇ। ਹਾਲਾਂਕਿ ਉਨ੍ਹਾਂ ਸਾਫ਼ ਕੀਤਾ ਕਿ ਅਜੇ ਇਸ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਏ, ਪਰ ਉਹ ਜਲਦ ਇਸ ਵਿਸ਼ੇ ਤੇ ਗੱਲਬਾਤ ਕਰਨਗੇ। ਬੈਂਸ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸਿੱਧੂ ਨੂੰ ਕਾਂਗਰਸ ਦਾ ਹਿੱਸਾ ਨਾ ਬਣਨ ਦੀ ਸਲਾਹ ਦਿੱਤੀ ਸੀ, ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਏ। ਅਸੀਂ ਨਵਜੋਤ ਸਿੱਧੂ ਨੂੰ PDA ਵੱਲੋਂ, ਪੰਜਾਬ ਡੈਮੋਕਰੇਟਿਕ ਅਲਾਇੰਸ ਵੱਲੋਂ ਖੁੱਲ੍ਹਾ ਸੱਦਾ ਦਿੰਦੇ ਹਾਂ। ਪਹਿਲਾਂ BJP ਨਾਲ ਨਹੀਂ ਬਣੀ, ਹੁਣ ਕਾਂਗਰਸ ਨਾਲ ਨਹੀਂ ਬਣੀ, ਕਿਉਂਕਿ ਵੱਡੀ ਪੱਧਰ 'ਤੇ ਇਹਨਾਂ ਪਾਰਟੀਆਂ ਦੇ ਅੰਦਰ ਜਿਹੜੇ ਲੋਕ ਨੇ ਉਹ ਕਰਪਟ ਨੇ, ਬਹੁਤ ਘੱਟ ਗਿਣਤੀ ਦੇ ਵਿੱਚ ਇਮਾਨਦਾਰ ਹੈਗੇ ਆ। ਸੋ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ, ਵਾਪਸ ਆ ਜਾਓ। 2022 ਦਾ ਤੁਹਾਨੂੰ ਮੁੱਖ ਮੰਤਰੀ ਪੇਸ਼ ਕਰਕੇ ਪੰਜਾਬ ਦੇ ਅੰਦਰ ਦੌਰਾ ਸਟਾਰਟ ਕਰਦੇ ਹਾਂ। ਵਾਅਦੇ ਪੰਜਾਬ ਬਣਾਇਆ ਸੀ ਨਾ, ਮੈਂ ਨਵਜੋਤ ਸਿੱਧੂ ਹੋਰਾਂ ਨੂੰ ਕਹਿ ਕੇ ਥੱਕ ਗਿਆ ਵੀ ਤੁਹਾਡੀ ਬਣਨੀ ਨਹੀਂ, ਬਲੰਡਰ ਕਰ ਰਹੇ ਹੋ, ਗਲਤ ਫੈਸਲਾ ਲੈ ਰਹੇ ਹੋ, ਆ ਜਾਓ ਚੱਲਦੇ ਹਾਂ ਪੰਜਾਬ ਦੇ ਅੰਦਰ। ਪੰਜਾਬੀ ਪਿਆਰ ਕਰਦੇ ਆ ਤੁਹਾਨੂੰ ਅਤੇ ਮੈਨੂੰ ਨਹੀਂ, ਇਮਾਨਦਾਰੀ ਨੂੰ ਪਿਆਰ ਕਰਦੇ ਆ, ਵਰਕਿੰਗ ਸਟਾਈਲ ਨੂੰ ਪਿਆਰ ਕਰਦੇ ਆ। ਮੈਂ ਕਹਿ ਰਿਹਾ ਵੀ ਆ ਜਾਣ, ਚਲੋ ਬਾਕੀ ਜੇ ਸਹਿਮਤ ਹੋਣਗੇ ਮੈਂ ਤਾਂ ਕਿਸੇ ਕਪੈਸਿਟੀ ਦੇ ਵਿੱਚ ਹੀ ਅਨਾਊਂਸਮੈਂਟ ਕਰ ਰਿਹਾ ਨਾ, ਮੈਂ ਐਲਾਨ ਓਪਨ ਅਪੀਲ ਜਿਹੜੀ ਹੈ ਮੈਂ ਕਿਸੇ ਕਪੈਸਿਟੀ 'ਚ ਕੀਤੀ ਹੈ। ਮੈਂ ਫਿਰ ਅਪੀਲ ਕਰਦਾ ਵੀ ਨਵਜੋਤ ਸਿੱਧੂ ਜੀ ਵਾਪਸ ਆ ਜਾਓ। ਅਤੇ ਇਸਦੇ ਨਾਲ ਹੀ ਉਚਿਤ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।